ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨਸਾਨ ਦਾ ਅਹੁਦਾ ਜਾਂ ਸੰਸਾਰੀ ਪੁਜ਼ੀਸ਼ਨ ਦੇਖ ਕੇ ਉਸ ਨਾਲ ਚੰਗਾ ਮਾੜਾ ਸਲੂਕ ਕਰਨ ਵਾਲਾ ਵਿਅਕਤੀ ਗੁਰਮਤਿ ਦੀ ਸੋਝੀ ਰੱਖਣ ਵਾਲਾ ਗੁਰਸਿੱਖ ਨਹੀਂ ਹੋ ਸਕਦਾ, ਕਿਉਂਕਿ ਗੁਰਬਾਣੀ ਦਾ ਹੁਕਮ ਹੈ ਕਿ ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਹਰ ਵਿਅਕਤੀ, ਚਾਹੇ ਉਹ ਇਸ ਦੁਨੀਆਂ ਵਿੱਚ ਗਰੀਬ ਹੈ ਚਾਹੇ ਅਮੀਰ, ਪਾਪੀ ਹੈ ਚਾਹੇ ਪੁੰਨੀ, ਗੋਰਾ ਹੈ ਚਾਹੇ ਕਾਲਾ, ਬੱਚਾ ਹੈ ਚਾਹੇ ਜਵਾਨ ਹੈ ਚਾਹੇ ਬੁੱਢਾ, ਇਸਤਰੀ ਹੈ ਚਾਹੇ ਮਰਦ, ਗੋਬਿੰਦ ਰੂਪ ਹੈ। ਹਰੇਕ ਵਿੱਚ ਅਕਾਲ ਪੁਰਖ ਦੀ ਜੋਤ ਸੋਭ ਰਹੀ ਹੈ, ਜੈਸਾ ਕਿ ਹੁਕਮ ਹੈ ਕਿ ਸਾਮੈ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਸੋ ਹਰੇਕ ਇਨਸਾਨ ਦਾ ਇਸ ਕਰਕੇ ਹੀ ਸਤਿਕਾਰ ਕਰਨਾ ਚਾਹੀਦਾ ਹੈ ਕਿ ਉਸ ਵਿੱਚ ਅਕਾਲ ਪੁਰਖ ਦੀ ਹੀ ਜੋਤ ਹੈ। ਇਨਸਾਨ ਤਾਂ ਕੀ, ਹਰੇਕ ਜੀਵ ਜੰਤੂ ਵਿੱਚ ਵੀ ਉਸੇ ਪਰਮੇਸ਼ਰ ਦੀ ਜੋਤ ਹੈ, ਜਿਸ ਕਾਰਨ ਸਭ ਲਈ ਮਨ ਵਿੱਚ ਪਿਆਰ ਵਾਲੀ ਫੀਲਿੰਗ ਰੱਖਣੀ ਚਾਹੀਦੀ ਹੈ। ਗੁਰਸਿੱਖ ਦੀ ਅਵਸਥਾ ਇੱਥੋਂ ਪਛਾਣੀ ਜਾਂਦੀ ਹੈ ਕਿ ਉਹ ਕੇਵਲ ਕਿਸੇ ਵਿਅਕਤੀ ਦੀ ਸੰਸਾਰੀ ਵਡਿਆਈ ਦੇਖ ਕੇ ਹੀ ਉਸ ਨਾਲ ਖਾਸ ਲੋਕ ਤਾਂ ਨਹੀਂ ਕਰਦਾ। ਕੀ ਉਸ 'ਤੇ ਕਿਸੇ ਦੀ ਸੰਸਾਰੀ ਵਡਿਆਈ ਦਾ ਫਰਕ ਤਾਂ ਨਹੀਂ ਪੈ ਰਿਹਾ? ਹਾਂ, ਕਿਸੇ ਦੀ ਨਾਮ ਬਾਣੀ ਦੀ ਕਮਾਈ ਜਾਂ ਸਿੱਖੀ ਸਿਦਕ ਦੇਖ ਕੇ ਜ਼ਰੂਰ ਗੁਰਸਿੱਖਾਂ ਦਾ ਮਨ ਪਸੀਜਦਾ ਹੈ ਅਤੇ ਪਸੀਜਣਾ ਵੀ ਚਾਹੀਦਾ ਹੈ, ਪਰ ਕਿਸੇ ਦੀ ਸੰਸਾਰੀ ਵਡਿਆਈ ਜਿਵੇਂ ਕਿ ਪੈਸਾ, ਕੋਠੀ, ਕਾਰ ਜਾਂ ਹੋਰ ਰੁਤਬਾ ਦੇਖ ਕੇ ਮੂਲੋਂ ਹੀ ਗੁਰਸਿੱਖਾਂ ਨੂੰ ਫਰਕ ਨਹੀਂ ਪਿਆ ਕਰਦਾ। ਸੋ ਭਾਈ, ਜੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ ਤਾਂ ਗਰੀਬਾਂ, ਨਿਮਾਣਿਆਂ ਅਤੇ ਨਿਤਾਣਿਆਂ ਨੂੰ ਕਦੇ ਹਕਾਰਤ ਦੀ ਨਜ਼ਰ ਨਾਲ ਨਾ ਦੇਖਿਓ। ਹਮੇਸ਼ਾ ਉਹਨਾਂ ਪ੍ਰਤੀ ਪਿਆਰ, ਹਮਦਰਦੀ ਅਤੇ ਸਤਿਕਾਰ ਵਾਲਾ ਰਵੱਈਆ ਰੱਖਿਓ। ਸਾਡਾ ਪਿਆਰਾ ਪ੍ਰੀਤਮ ਵਾਹਿਗੁਰੂ ਗਰੀਬ ਨਿਵਾਸ ਹੈ ਅਤੇ ਨਿਮਾਣਿਆਂ ਦਾ ਮਾਣ ਅਤੇ ਨਿਤਾਣਿਆਂ ਦਾ ਤਾਣ ਹੈ। ਇਸ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵੀ ਗਰੀਬਾਂ, ਅਨਾਥਾਂ ਦਾ ਸੱਚਾ ਹਮਦਰਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।